ਜਦੋਂ ਦਿੱਲੀ ਦੇ ਵਿੱਚ ਕੋਈ ਗੱਲ ਚੱਲਦੀ ਸੀ ਕੋਈ ਲਾਠੀ ਚਾਰਜ ਹੋ ਜਾਂਦਾ ਸੀ ਇੱਕੋ ਬਿਆਨ ਹੁੰਦਾ ਸੀ ਸੈਂਟਰ ਦੇ ਅੰਡਰ ਪੁਲਿਸ ਹੈ ਤੇ ਉਰੇ ਜਦੋਂ ਸਾਡੇ ਨੌਜਵਾਨ ਕੁੱਕੜੀਆਂ માં ਕੁੱਟੇ ਗਏ ਛੱਲੀਆਂ ਮੰਗੇ ਇਹਨਾਂ ਨੇ ਛਿੱਲ ਤੇ ਪਾਣੀ ਦੇ ਬੁਛਾੜਾ ਪਾਈਆਂ ਇਹ ਪੁਲਿਸ ਕਿਹਦੇ ਅੰਡਰ ਸੀ ਇਹ ਵੀ ਸੈਂਟਰ ਦੇ ਅੰਡਰ ਸੀ ਸੀਐਮ ਸਾਹਿਬ ਆ ਇਸ ਗੱਲ ਦਾ ਜਵਾਬ ਹੈਗਾ ਕਿ ਤੇ ਕੇਂਦਰ ਦਾ ਕਿਉਂ ਅਧਿਕਾਰ ਹੈ ਜਦੋਂ ਹਿਮਾਚਲ ਦੀ ਯੂਨੀਵਰਸਿਟੀ ਹਿਮਾਚਲ ਦੀ ਦੇਤੀ ਹਰਿਆਣੇ ਦੀ ਹਰਿਆਣੇ ਨੂੰ ਦੇਤੀ ਤੇ ਪੰਜਾਬ ਦੀ ਯੂਨੀਵਰਸਿਟੀ ਕਿਉਂ ਪਹਿਲਾਂ ਚੰਡੀਗੜ੍ਹ ਖੋਇਆ ਕੇਂਦਰੀਕਰਨ ਹੋਇਆ ਅੱਜ ਇਹ ਇਹਨੂੰ ਕੇਂਦਰੀਕਰਨ ਕਰਨ ਨੂੰ ਫਿਰਦੇ ਇਹ ਕਿਤੇ ਆਰਐਸਐਸ ਤੇ ਬੀਜੇਪੀ ਦੀ ਬੜੀਆਂ ਗੁੰਝੀਆਂ ਚੱਲ ਆਏ ਤੁਹਾਨੂੰ ਇਹ ਸ਼ੰਕਾ ਕਿਉਂ ਹੈ ਹਮੇਸ਼ਾ ਜਦੋਂ ਪਾ ਗੱਲ ਕਰਦੇ ਤਾਂ ਆਰਐਸਐਸ ਦੀ ਗੱਲ ਆ ਜਾਂਦੀ ਬੀਜੇਪੀ ਦੀ ਗੱਲ ਆ ਜਾਂਦੀ ਆ ਕਿ ਪੰਜਾਬ ਦੇ ਜਿਹੜੀ ਹੱਕਾਂ ਦੇ ਉੱਤੇ ਡੱਕਾ ਹੈ ਤੁਹਾਨੂੰ ਕਿਉਂ ਲੱਗਦਾ ਕਿ ਯੂਨੀਵਰਸਿਟੀ ਜੇਕਰ ਕੇਂਦਰੀਕਰਨ ਹੋ ਜਾਂਦਾ ਤਾਂ ਉਸ ਦੇ ਵਿੱਚੋਂ ਜਿਹੜਾ ਹੈਗਾ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਜਿਹੜਾ ਪੰਜਾਬ ਦੇ ਹਿੱਤ ਚ ਨਾ ਹੋ ਇਹ ਜਦੋਂ ਇਹ ਯੂਨੀਵਰਸਿਟੀ ਸੈਂਟਰ ਰਦੀਨ ਹੋਊਗੀ ਕੱਲ ਨੂੰ ਉੱਥੇ ਆਰਐਸਐਸ ਦੇ ਕਰਾਬਾ ਪੜਾਈਆਂ ਜਾਊਗੀਆਂ ਜਦੋਂ ਕੋਈ ਸੀਐਮ ਪੰਜਾਬ ਦਾ ਬਣਦਾ ਹੈ ਉਹ ਪੰਜਾਬ ਦੇ ਮੁੱਦੇ ਰੱਖ ਕੇ ਬਣਦਾ ਜਿਵੇਂ ਭਗਵੰਤ ਮਾਨ ਸਾਹਿਬ ਬਣੇ ਪਰ ਇਹ ਦਿੱਲੀ گئے ਉਹਨਾਂ ਨੇ ਫੇਰੀ ਤੇ ਖਾਕੀ ਨਿੱਕਰ ਪਾ ਕੇ ਭੇਤੀ ਇਹ ਵੀ ਗੱਲਾਂ ਦਿੱਲੀ ਬਣਦੇ ਕਰਨ ਲੱਗੇ ਜਿਵੇਂ ਪਹਿਲਾਂ ਕੈਪਟਨ ਜਾਇ ਬਾਦਲ ਜਿੰਨੇ ਵੀ ਸੀਐਮ ਬਣੇ ਅੱਜ ਇਹ ਵੀ ਕਿਤੇ ਨਾ ਕਿਤੇ ਉਹਨਾਂ ਦੀ ਬੋਲੀ ਬੋਲਦਾ ਅੱਜ ਤੱਕ ਬਿਆਨ ਨਹੀਂ ਆਇਆ ਇਹਦਾ ਜਦੋਂ ਵੋਟਾਂ ਲੈਣ ਤੋਂ ਪਹਿਲਾਂ ਇਹੀ ਸੀਐਮ ਸਾਹਿਬ ਦੇ ਬਿਆਨ ਕੱਟ-ਕੱਟ ਕੇ ਦੇਖ ਲਓ ਮੈਂ ਪੰਜਾਬ ਦਾ ਪੁੱਤ ਐ ਪੰਜਾਬ 'ਕਾ ਖੜਾਂਗਾ ਅੱਜ ਕਿਉਂ ਦਿੱਲੀ ਵਾਲ ਨੂੰ ਝੁਗ ਗਿਆ ਅੱਜ ਕਿਉਂ ਖਾਕੀ ਨਿੱਕਰ ਪਾ ਕੇ ਚੁੱਪ ਬੈਠਾ ਏ ਪੰਜਾਬ ਬਜਾਤ ਨਹੀਂ ਹੋਇਆ ਪੰਜਾਬ ਤਾਂ ਦੁਫਾੜ ਹੋਇਆ ਉਸ ਟਾਈਮ ਪੰਜਾਬ ਉਸ ਟੈਮਨ ਨਾਲ ਸ਼ਰਤ ਰੱਖ ਕੇ ਆਇਆ ਸੀ ਨਹਿਰੂ ਦੇ ਨਾਲ ਵੀ ਸਾਨੂੰ ਵਾਧਦਿਕਾਰ ਮਿਲਣਗੇ ਪਰ ਮਿਲਿਆ ਕੀ ਸਾਨੂੰ ਜੜਾਈ ਪੇਸ਼ਾ ਕੌਮ ਅਤਵਾਦੀ ਖਾੜ ਕੋ ਕਹ ਕੇ ਸਾਡੀਆਂ ਪੀੜ੍ਹੀਆਂ ਖਤਮ ਕੀਤੀਆਂ ਇਹਨਾਂ ਨੇ ਸੰਤਾਂ ਨੇ ਉਹੀ ਮਤਾ ਲਿਆਂਦਾ ਸੀ ਕਿ ਸਾਨੂੰ ਵਾਧ ਅਧਿਕਾਰ ਦਿਓ ਸਾਡਾ ਖੇਤੀ ਅਧਿਕਾਰ ਵੱਧਾ ਪਾਣੀ ਸਾਡਾ ਏ ਗੁਲਾਮਾਂ ਨੂੰ ਕਦੇ ਇਨਸਾਫ਼ ਨਹੀਂ ਮਿਲਿਆ ਗੁਲਾਮਾਂ ਤੋਂ ਚੀਜ਼ ਖੋਈ ਜਾਂਦੀ ਏ ਗੁਲਾਮ ਨੂੰ ਇੱਕ ਟੁਕੜਾ ਦਿੱਤਾ ਜਾਂਦਾ ਕਿ ਤੂੰ ਇਸ ਦੇ ਨਾਲ ਗੁਜ਼ਾਰਾ ਕਰਨਾ ਪੰਜਾਬ ਦੀ ਅੱਜ ਉਹ ਹਾਲਤ ਹੈ ਸੰਤਾਂ ਵਾਲਾ ਮਾਤਾ ਸਾਨੂੰ ਅੱਜ ਲਈ ਆਈਏ ਚਾਹੇ ਚਾਹੇ ਅਸੀਂ ਦੋ ਪੀੜੀਆਂ ਹੋਰ ਆਪਣੀਆਂ ਖਤਮ ਕਰਵਾ ਕੇ ਲਈਏ ਉਹ ਲਿਆਉਣਾ ਪੈਣਾ ਤਾਂ ਜਾ ਕੇ ਪੰਜਾਬ ਦਾ ਭਲਾ ਹੋਣਾ ਏਰ ਘਟਾਉਣੀ ਤਾਂ ਇਹਨਾਂ ਨੂੰ ਚਾਹੀਦੀ ਤੇ ਐਜੂਕੇਸ਼ਨ ਘਟਾਉਣਾ ਤਾਂ ਚਾਹੀਦਾ ਤਾਂ ਇਹਨਾਂ ਨੂੰ ਮੈਡੀਕਲ ਆਪਣਾ ਹੋਰ ਸਮਾਨ ਘਟਾਤੀ ਸ਼ਰਾਬ ਕਿਹ ਲੋਕ ਪੀ ਪੀ ਕੇ ਹੋਰ ਮਰਨ ਪ੍ਰਧਾਨ ਸਾਹਿਬ ਦੀ ਪਿੱਛੇ ਜੇ ਗੁਰਦਿਤ ਸੇਖੋ ਜਿਹੜੇ ਹੈਗੇ ਉਹਨਾਂ ਦੀ ਵੀਡੀਓ ਆndi ਆ ਕਿ ਉਹ ਜਾ ਕੇ ਠੇਕੇ ਦੇ ਉੱਤੇ ਸਮਝਾਉਂਦੇ ਆ ਲੋਕਾਂ ਨੂੰ ਜੀ ਜਾ ਕੇ ਕਿ ਤੁਸੀਂ ਜਿਆਦਾ ਨਹੀਂ ਪੀਣੀ ਇਹਦਾ ਮਤਲਬ ਇਹ ਨਹੀਂ ਜੀ ਹੁਣ ਸਸਤੀ ਹੋ ਗਈ ਕਿ ਪਉਏ ਤੇ ਆਦੀਏ ਤੇ ਆ ਜਾਓ ਨਾਲ ਆਂਡਿਆਂ ਦੀ ਭੁਰਜੀ ਵੀ ਖਾਓ ਜਿਹੀਆਂ ਗੱਲਾਂ ਉਹਨਾਂ ਨੇ ਕੀਤੀ ਆਪਣੇ ਬੱਚਿਆਂ ਲਈ ਫਰੂਟ ਲੈ ਕੇ ਜਾਓ ਕੋਈ ਇਹੋ ਜਿਹਾ ਹਸਪੀਟਲ ਹੈਗਾ ਜਿੱਥੇ ਸਾਡਾ ਐਮਐਲਏ ਇਲਾਜ ਕਰਾ ਸਕੇ ਪੰਜਾਬ ਦੇ ਵਿੱਚ ਇੱਕ ਹਸਪੀਟਲ ਦਾ ਨਾਮ ਲੈ ਦੋ ਜਿੱਥੇ ਸਾਡੇ ਪੰਜਾਬ ਦਾ ਐਮਐਲ ਐਮਐਲ ਛੱਡੋ ਯਾਰ ਐਮਐਲ ਕਿੱਥੇ ਇਲਾਜ ਕਰਾਉਂਦੀ ਜੀ ਫਿਰ ਇਸ ਸਾਰੀ 40s ਵਗੈਰਾ ਮੁਹਾਲੀ ਨੂੰ ਭਾਦਦਾ ਕੋਈ ਐਮਐਕਸ ਜਿਹਾ ਬੈਠਾ ਕੋਈ ਹੈ ਸਰਕਾਰੀ ਹਸਪਤਾਲ ਆਪਣੇ ਰੋਪੜ ਚ ਲਾ ਲਓ ਇੱਕ ਹਸਪਤਾਲ ਦਿਖਾ ਦਿਓ ਮੰਜਾ ਨਹੀਂ ਮਿਲਦਾ ਉੱਥੇ ਜੇ ਮੰਜਾ ਹੈਗਾ ਤਾਂ ਪੱਖਾ ਨਹੀਂ ਹੈਗਾ ਅਸੀਂ ਸਿੱਖਾਂ ਨਿਸ਼ਾਨ ਸਾਹਿਬ ਲਾ ਕੇ ਦਿੱਲੀ ਨੂੰ ਗਏ ਸੀ ਨਿਸ਼ਾਨ ਸਾਹਿਬ ਲਾ ਕੇ ਦਿੱਲੀ ਤੋਂ ਆਏ ਹਾਂ ਤੇ ਹੁਣ ਤੇ ਯੂਨੀਵਰਸਿਟੀ ਦਾ ਮਸਲਾ ਬਣਦਾ ਫੇਰ ਉਹ ਸਿੱਖੀ ਰਹਿਤਾ ਨਾਲ ਫੇਰ ਫੇਰ ਚੱਲਿਆ ਜਾਊਗਾ ਬਿਲਕੁਲ ਚੱਲਿਆ ਜਾਊਗਾ ਜੀ ਪੰਜਾਬ ਦੇ ਹੱਕ ਦੀ ਗੱਲ ਕਰੋ ਇਹ ਜੋ ਖਾਕੀ ਨਿਕਰ ਮਾਨ ਸਾਹਿਬ ਨੇ ਪਾਈ ਉਹਨੂੰ ਖੋਲ ਕੇ ਦਿੱਲੀ ਰੱਖਿਆ ਉਹ ਕੇਜਰੀਵਾਰ ਕੋਲ ਆਪਾਂ ਦਾ ਇੱਕੋ ਹੈ ਚੰਡੀਗੜ੍ਹ ਦੇ ਰੋਡ ਬੰਦ ਕਰਾਂਗੇ ਸਾਡੇ ਕੋਲ ਹੋਰ ਕੀ ਹੈ ਡਾਂਗਾ ਮਾਨੀਆਂ ਮਾਰ ਲੈਣ ਮਾਰਨਾ ਮਾਰ ਦੇਣ ਇਸੇ ਬਹੁਤ ਹੈ ਜੀ ਉਹਨਾਂ ਨੇ ਬੱਚੇ ਅੱਖਾ ਜੀ ਚਾਹ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਸਪਸ਼ਟ ਕਰਦੇ ਗੋਲੀ ਮਾਰ ਦੋ ਯਾਰ ਇੱਕ ਦਿਨ ਰੋਜ਼ ਰੋਜ਼ ਕੁੱਟਣ ਨਾਲੋ ਤੁਸੀਂ ਰਾਜ ਕੰਨਾ ਕਰੀ ਜਾਓ 84 ਜੀ ਕਿੰਨੇ ਮਰੇ ਅਸੀਂ ਸਾਡੇਆਂ ਲਾਸ਼ਾਂ ਦੇ ਟਰੱਕ ਪਰ ਪਰ ਕੱਢੇ ਇਹਨਾਂ ਨੇ ਤਾਂ ਕਿ ਅਸੀਂ ਪਿੱਛੇ हट ਗਏ 90 92 ਚ ਕਿੰਨੇ ਮਰੇ ਤਾਂ ਕਿਰੇ ਅਸੀਂ ਪਿੱਛੇ हट ਗਏ ਜੋ ਕਰਨਾ ਹੈ ਕਰ ਲਵੇ ਪਰ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਰਹੂਗੀ ਇਹ ਮਾਨ ਸਾਹਿਬ ਨੂੰ ਚੇਤਾਵਨੀ ਵੀ ਹੈ ਸਤਿ ਸ੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਪੰਜਾਬ ਦੇ ਵਿੱਚ ਇੱਕ ਮੁੱਦਾ ਬਹੁਤ ਗਰਮਾਇਆ ਹੋਇਆ ਸਮੇਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਜਿਸ ਦੇ ਵਿਰੋਧ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਬੀਤੇ ਦਿਨੀ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਜਿਨ੍ਹਾਂ ਦੀ ਪੁਲਿਸ ਦੇ ਨਾਲ ਝੜਪ ਹੁੰਦੀ ਹੈ ਤੱਕਾ ਮੁੱਕੀ ਹੁੰਦੀ ਹੈ लाठी चार्ज ਹੁੰਦਾ ਪੱਗਾਂ ਉਤਰਦੀਆਂ ਨੇ ਚੁੰਨੀਆਂ ਖਿੱਚੀਆਂ ਜਾਂਦੀਆਂ ਬਹੁਤ ਕੁਝ ਅਜਿਹਾ ਵਾਪਰਦਾ ਤੇ ਉਸ ਚੀਜ਼ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਸਿਹਰਦ ਲੋਕ ਜਿਹੜੇ ਹੈਗੇ ਪੰਜਾਬ ਦੇ ਹੱਕਾਂ ਦੇ ਲਈ ਬੋਲਣ ਵਾਲੇ ਲੋਕ ਆ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਲਚਲ ਮਚੀ ਹੋਈ ਹੈ ਹਰ ਕੋਈ ਆਪਣੇ ਵਿਚਾਰ ਇਸ ਚੀਜ਼ ਦੇ ਉੱਤੇ ਰੱਖਣਾ ਚਾਹੁੰਦਾ ਸੋ ਸਾਡੇ ਨਾਲ ਇਸ ਸਮੇਂ ਕੁਲਵਿੰਦਰ ਸਿੰਘ ਜੀ ਬੀਕੇਯੂ ਖੋਸ ਸਾਦੇ ਪ੍ਰਧਾਨ ਨੇ ਰੋਪੜ ਦੇ ਤੇ ਕਿਸਾਨ ਜਿਹੜੇ ਜਥੇਬੰਦੀ ਇਹਨਾਂ ਦੀ ਹੈਗੀ ਆ ਹਰ ਮਸਲਿਆਂ ਦੇ ਉੱਤੇ ਆਪਣੇ ਵਿਚਾਰ ਰੱਖਦੇ ਰਹਿੰਦੇ ਨੇ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੇ ਕਿਵੇਂ ਦੇਖਦੇ ਹੋ ਸਾਰੇ ਮਸਲੇ ਪਹਿਲਾਂ ਤਾਂ ਬਹੁਤ ਧੰਨਵਾਦ ਪੰਜਾਬੀ ਲੋਕ ਚੈਨਲ ਦਾ ਸਤਨਾਮ ਜੀ ਤੁਹਾਡਾ ਵੀ ਤੁਸੀਂ ਪੰਜਾਬ ਦੇ ਮੁੱਦੇ ਹੱਕ ਸੱਚ ਦੀ ਆਵਾਜ਼ ਰੱਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜੋ ਚੰਡੀਗੜ੍ਹ ਦੇ ਵਿੱਚ ਹੋਇਆ ਉਹ ਦੇਖ ਕੇ ਬੜਾ ਦਿਲ ਦੁਖਿਆ ਕਿਉਂਕਿ ਲੋਕਾਂ ਨੂੰ ਸੀਐਮ ਸਾਹਿਬ ਤੋਂ ਬੜੀਆਂ ਉਮੀਦਾਂ ਸਨ ਤੇ ਲੋਕਾਂ ਨੇ بڑے ਫਤਵੇ ਦੇ ਨਾਲ ਇਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਪੇਜਿਆ ਸੀਐਮ ਸਾਹਿਬ ਦੀ ਗੱਲ ਮਤਲਬ ਯੂਨੀਵਰਸਿਟੀ ਤਾਂ ਜਿਹੜੀ ਹੈਗੀ ਕੇਂਦਰੀਕਰਨ ਦੀ ਗੱਲ ਹੋ ਰਹੀ ਕੇਂਦਰ ਸਰਕਾਰ ਦੇ ਖਿਲਾਫ ਲੱਗ ਰਿਹਾ ਧਰਨਾ ਤਾਂ ਦੇਖੋ ਕੇਂਦਰ ਦੀਆਂ ਸਰਕਾਰਾਂ ਜਿੰਨੀਆਂ ਵੀ ਆਈਆਂ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਛੋਟਾ ਕੀਤਾ ਤੇ ਸਾਨੂੰ ਤਾਂ ਪੰਜਾਬ ਦੀ ਸਰਕਾਰ ਜੋ ਪੰਜਾਬ ਦੇ ਮੁੱਦੇ ਰੱਖ ਕੇ ਆਈ ਸੀ ਉਸ ਤੇ ਮਾਣ ਸੀ ਨਾ ਜਦੋਂ ਦਿੱਲੀ ਦੇ ਵਿੱਚ ਕੋਈ ਗੱਲ ਚੱਲਦੀ ਸੀ ਕੋਈ ਲਾਠੀ ਚਾਰਜ ਹੋ ਜਾਂਦਾ ਸੀ ਇੱਕੋ ਬਿਆਨ ਹੁੰਦਾ ਸੀ ਸੈਂਟਰ ਦੇ ਅੰਡਰ ਪੁਲਿਸ ਹੈ ਤੇ ਉਰੇ ਜਦੋਂ ਸਾਡੇ ਨੌਜਵਾਨ ਕੁੱਕੜੀਆਂ ਮਾਂ ਕੁੱਟੇ ਗਏ ਛੱਲੀਆਂ ਮਾਗ ਇਹਨਾਂ ਨੇ ਛਿਲਤੇ ਪਾਣੀ ਦੇ ਬੁਛਾੜਾ ਪਾਈਆ ਇਹ ਪੁਲਿਸ ਕੀਤੇ ਅੰਡਰ ਸੀ ਇਹ ਵੀ ਸੈਂਟਰ ਦੇ ਅੰਡਰ ਸੀ ਸੀਐਮ ਸਾਹਿਬ ਪਾ ਇਸ ਗੱਲ ਦਾ ਜਵਾਬ ਹੈਗਾ ਸਾਡੇ ਜਦੋਂ ਨੌਜਵਾਨ ਉੱਥੇ ਨੂੰ ਗਏ ਸੀ ਇਹ ਪਹਿਲਾਂ ਮੀਟਿੰਗ ਕਰਦੇ ਉਹਨਾਂ ਕਹਿੰਦੇ ਭਾਈ ਅਸੀਂ ਤੁਹਾਡੇ ਨਾਲ ਲੱਗੇ ਹੋਏ ਹੂੰ ਯੂਨੀਵਰਸਿਟੀ ਬਚਾਉਣ ਵਾਸਤੇ ਆਪਣੀ ਜਾਨ ਤੱਕ ਦੀ ਬਾਜੀ ਲਾ ਦਾਂਗੇ ਉਹ ਨਾਲ ਲੱਗੇ ਦੀ ਗੱਲ ਕਰਦੇ ਸਟੂਡੈਂਟ ਯੂਨੀਵਰਸਿਟੀ ਦੇ ਤੇ ਜਿਹੜੇ ਸਟੂਡੈਂਟ ਦੇ ਜਿਹੜੇ ਇਥੇ ਬੰਦੀਆਂ ਹੈਗੀਆਂ ਉਹ ਕਹਿੰਦੇ ਅਸੀਂ ਤਾਂ ਗੱਲ ਕੀਤੀ ਜਾ ਕੇ ਓਐਸਡੀ ਨਾਲ ਉਹ ਤਾਂ ਕਹਿੰਦੇ ਸਾਨੂੰ ਸੀਐਮ ਸਾਹਿਬ ਦੇ ਓਐਸਡੀ ਕਹਿੰਦੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਇਹ ਮਾਮਲਾ ਜੇ ਮਾਮਲਾ ਪਤਾ ਨਹੀਂ ਸੀ ਤੇ ਉਹ ਜਦੋਂ ਚੰਡੀਗੜ੍ਹ ਨੂੰ ਜਾ ਰਹੇ ਸੀ ਖਬਰਾਂ ਤਾਂ ਚੱਲੀਆਂ ਨਾ ਉਸ ਤੋਂ ਵਿਚਾਰ ਲਾ ਲੈਂਦੇ ਭਾਈ ਇਹ ਕਿਉਂ ਇਕੱਠੇ ਹੋ ਕੇ ਲੋਕ ਆ ਰਹੇ ਨੇ 144 ਧਾਰਾ ਲੱਗੀ ਹੋਈ ਸੀ ਉਹ ਤੋੜੀ ਆ ਨੌਜਵਾਨਾਂ ਨੇ ਉਹਨਾਂ ਨੂੰ लाठी चार्ज ਹੋ ਗਿਆ ਕਦੋਂ ਲੱਗੀ 144 ਧਾਰਾ ਅੱਜ ਸਵੇਰੇ ਤੁਸੀਂ ਐਲਾਨ ਕਰ ਦਿਓ 144 ਧਾਰਾ ਲੱਗੀ ਨੌਜਵਾਨਾਂ ਨੇ ਕਿੰਨੇ ਦਿਨ ਦਾ ਪਹਿਲਾ ਐਸਟੀਮੇਟ ਦਿੱਤਾ ਵਾ ਸੀ ਵੀ ਜਦੋਂ ਸਾਡੀ ਯੂਨੀਵਰਸਿਟੀ ਖੋਹੀ ਜਾ ਰਹੀ ਹੈ ਅਸੀਂ ਇਹਨੂੰ ਬਚਾਵਾਂਗੇ ਜਦੋਂ ਇਹ 1952-53 ਦੇ ਲਗਭਗ ਪਾਕਿਸਤਾਨ 'ਚ ਬਣੀ ਸੀ ਯੂਨੀਵਰਸਿਟੀ 1882 ਚ 1882 ਚ ਹਾਂ ਉਸ ਤੋਂ ਬਾਅਦ ਇੱਥੇ ਸਾਡੇ ਨੌਜ ਪੰਜਾਬੀਆਂ ਨੇ ਸਿੱਖਾਂ ਨੇ ਆਪਣਾ ਪੈਸਾ ਖਰਚ ਕੇ ਫੇਰ ਬਣਾਈ ਇਹ ਤੇ ਕੇਂਦਰ ਦਾ ਕਿਉਂ ਅਧਿਕਾਰ ਹੈ ਜਦੋਂ ਹਿਮਾਚਲ ਦੀ ਯੂਨੀਵਰਸਿਟੀ ਹਿਮਾਚਲ ਦੀ ਦੇਤੀ ਹਰਿਆਣੇ ਦੀ ਹਰਿਆਣੇ ਨੂੰ ਦੇਤੀ ਤੇ ਪੰਜਾਬ ਦੀ ਯੂਨੀਵਰਸਿਟੀ ਕਿਉਂ ਪਹਿਲਾਂ ਚੰਡੀਗੜ੍ਹ ਖੋਇਆ ਕੇਂਦਰੀਕਰਨ ਹੋਇਆ ਅੱਜ ਇਹ ਇਹਨੂੰ ਕੇਂਦਰੀਕਰਨ ਕਰਨ ਨੂੰ ਫਿਰਦੇ ਇਹ ਕਿਤੇ ਆਰਐਸਐਸ ਤੇ ਬੀਜੇਪੀ ਦੀਆਂ ਬੜੀਆਂ ਗੁੰਝੀਆਂ ਚਲਾਏ ਤੁਹਾਨੂੰ ਇਹ ਸ਼ੰਕਾ ਕਿਉਂ ਆ ਹਮੇਸ਼ਾ ਜਦੋਂ ਪਗਲ ਕਰਦੇ ਤਾਂ ਆਰਐਸਐਸ ਦੀ ਗੱਲ ਆ ਜਾਂਦੀ ਬੀਜੇਪੀ ਦੀ ਗੱਲ ਆ ਜਾਂਦੀ ਆ ਕਿ ਪੰਜਾਬ ਦੇ ਜਿਹੜੀ ਹੱਕਾਂ ਦੇ ਉੱਤੇ ਡੱਕਾ ਹੈ ਤੁਹਾਨੂੰ ਕਿਉਂ ਲੱਗਦਾ ਕਿ ਯੂਨੀਵਰਸਿਟੀ ਜੇਕਰ ਕੇਂਦਰੀਕਰਨ ਹੋ ਜਾਂਦਾ ਤਾਂ ਉਸ ਦੇ ਵਿੱਚੋਂ ਜਿਹੜਾ ਹੈਗਾ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਜਿਹੜਾ ਪੰਜਾਬ ਦੇ ਹਿੱਤ ਚ ਨਾ ਹੋਵੇ ਦੇਖੋ ਜੀ ਆਰਐਸਐਸ 1900 ਬੀ ਤੋਂ ਸਾਡੇ ਮਗਰ ਲੱਗੀ ਵੀ ਹੈ ਇਤਿਹਾਸ ਫਰੋਲ ਕੇ ਦੇਖ ਲਓ ਅੱਜ ਤੱਕ ਸਾਡੇ ਪੰਜਾਬ ਦੇ ਵਿੱਚ ਸਾਡੇ ਸਿੱਖਾਂ ਬਾਰੇ ਇੱਕ ਫੈਸਲਾ ਦਿਖਾ ਦਿਓ ਵੀ ਜਿਹੜਾ ਦਿੱਲੀ ਨੇ ਪੰਜਾਬੀਆਂ ਵਾਸਤੇ ਕੀਤਾ ਹੋਵੇ ਸਿੱਖ ਕੌਮ ਵਾਸਤੇ ਕੀਤਾ ਹੋਵੇ ਦਿਖਾਓ ਇੱਕ ਵੀ ਇਹ ਜਦੋਂ ਇਹ ਯੂਨੀਵਰਸਿਟੀ ਸੈਂਟਰ ਦੀਨ ਹੋਊਗੀ ਕੱਲ ਨੂੰ ਉੱਥੇ ਆਰਐਸਏ ਦੇ ਕਿਤਾਬਾਂ ਪੜਾਈਆਂ ਜਾਊਗੀਆਂ ਆ ਜਿਵੇਂ ਹੁਣ ਤੁਸੀਂ ਮੁਹਾਲੀ ਦੇਖਿਆ ਨਾ ਆਪਾਂ ਉਹ ਤਿੰਨ ਪਰ ਪਰਚੇ ਕਰਵਾ ਕੇ ਆਏ ਉਹ ਕਿਹਦੇ ਕਹਿੰਦੇ ਹੋਏ ਆਰਐਸਐਸ ਦਾ ਦਵਾ ਪੰਜਾਬ ਸਰਕਾਰ ਤੇ ਹੈ ਜਦੋਂ ਕੋਈ ਸੀਐਮ ਪੰਜਾਬ ਦਾ ਬਣਦਾ ਏ ਉਹ ਪੰਜਾਬ ਦੇ ਮੁੱਦੇ ਰੱਖ ਕੇ ਬਣਦਾ ਜਿਵੇਂ ਭਗਵੰਤ ਮਾਨ ਸਾਹਿਬ ਬਣੇ ਪਰ ਇਹ ਦਿੱਲੀ گئے ਉਹਨਾਂ ਨੇ ਫੇਰੀ ਤੇ ਖਾਕੀ ਨਿੱਕਰ ਪਾ ਕੇ ਭੇਜਤੀ ਇਹ ਵੀ ਗੱਲਾਂ ਦਿੱਲੀ ਬਣ ਦੇ ਕੰਨ ਲੱਗਿਆ ਜਿਵੇਂ ਪਹਿਲਾਂ ਕੈਪਟਨ ਬਾਦਲ ਜਿੰਨੇ ਵੀ ਸੀਐਮ ਬਣੇ ਅੱਜ ਇਹ ਵੀ ਕਿਤੇ ਨਾ ਕਿਤੇ ਉਹਨਾਂ ਦੀ ਬੋਲੀ ਬੋਲਦਾ ਅੱਜ ਤੱਕ ਬਿਆਨ ਨਹੀਂ ਆਇਆ ਇਹਦਾ ਵੀ ਉੱਥੇ ਮੁੰਡੇ ਕੁੱਟ ਹੋਏ ਆ ਕੁੜੀਆਂ ਸਾਡੀਆਂ ਭੈਣਾਂ ਕੁੱਟ ਹੋਈਆਂ ਸਭ ਤੋਂ ਵੱਡੀ ਮਾੜੀ ਗੱਲ ਤਾਂ ਇਹ ਹੈ ਉੱਥੇ ਲੇਡੀ ਪੁਲਿਸ ਨਹੀਂ ਸਾਡੀਆਂ ਕੁੜੀਆਂ ਭੈਣਾਂ ਨੂੰ ਚੱਕ-ਚੱਕ ਕੇ ਸਿੱਟ ਰਹੇ ਆ ਛੱਲੀਆਂ ਮੰਗ ਰਹੇ ਨੇ ਕੁੱਟ ਤੇ ਇਹ ਕਹਿੰਦੇ ਸਾਨੂੰ ਪਤਾ ਨਾ ਹੋਵੇ ਯਾਰ ਕੋਸਤ ਕਹ ਜਿਹੜਾ ਕੇਸ ਸੀ ਉਹ ਤਾਂ ਕਹਿੰਦੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਗਾ ਉਹ ਤੋਂ ਉੱਥੋਂ ਹੁਕਮ ਆਇਆ ਸਰਕਾਰ ਦਾ ਤਾਂ ਕਹਿੰਦੀ ਕੋਈ ਮੁੱਦਾ ਹੀ ਨਹੀਂ ਇਹਦੇ ਵਿੱਚ ਸਰਕਾਰ ਤਾਂ ਕਹਿੰਦੀ ਸਾਨੂੰ ਪਤਾ ਹੀ ਨਹੀਂ ਸਰਕਾਰ ਬਣੀ ਕਿਹਦੇ ਮੁੱਦਿਆਂ ਤੇ ਸੀ ਪੰਜਾਬ ਦੇ ਮੁੱਦਿਆਂ ਤੇ ਚੰਡੀਗੜ੍ਹ ਦੀ ਗੱਲ ਕਰਦੇ ਸੀ ਅੱਜ ਕਿਉਂ ਨਹੀਂ ਕਰ ਰਹੇ ਯੂਨੀਵਰਸਿਟੀ ਦੀ ਅੱਜ ਕਿਉਂ ਨਹੀਂ ਗੱਲ ਕਰ ਰਹੇ ਜਦੋਂ ਵੋਟਾਂ ਲੈਣ ਤੋਂ ਪਹਿਲਾਂ ਇਹੀ ਸੀਐਮ ਸਾਹਿਬ ਦੇ ਬਿਆਨ ਕੱਢ-ਕੱਢ ਕੇ ਦੇਖ ਲਓ ਮੈਂ ਪੰਜਾਬ ਦਾ ਪੁੱਤ ਐ ਪੰਜਾਬ ਕਾ ਖੜਾਂਗਾ ਅੱਜ ਕਿ ਅੱਜ ਕਿਉਂ ਖਾਕੀ ਨਿੱਕਰ ਪਾ ਕੇ ਚੁੱਪ ਬੈਠਾ ਹੈ ਇਸ ਕਰਕੇ ਲੋਕ ਸਾਡੇ ਸਮਝਦਾਰ ਹੈ ਜੋ ਪੁਰਾਣਾ ਹੋ ਲਿਆ ਸਾਨੂੰ ਕੁੱਟ ਲਿਆ ਸਾਡੇ ਸਿੱਖ ਨੌਜਵਾਨੀ ਨੇ ਦੋ ਤਿੰਨ ਪੀੜੀਆਂ ਪਹਿਲਾਂ ਸਰਕਾਰਾਂ ਨੇ ਖਤਮ ਕਰ ਲਿਆ ਹੁਣ ਨਹੀਂ ਕਰਨ ਦਵਾਂਗੇ ਅੱਜ ਬੇਸ਼ੱਕ ਸਾਡੇ ਵਿਚਾਰਤਾਰਾਂ ਬੇਸ਼ੱਕ ਆਮ ਲੋਕਾਂ ਦੀਆਂ ਬੱਖ ਹੋਊਂਗੀਆਂ ਪਰ ਜਦੋਂ ਇਹੋ ਜਿਹਾ ਮੁੱਦਾ ਆਊਗਾ ਜੋ ਸਾਡੇ ਬੱਡਾਕਾ ਬੱਜੂਗਾ ਅਸੀਂ ਉੱਥੇ ਇਕੱਠੇ ਹੋਵਾਂਗੇ ਪੰਜਾਬ ਦੇ ਅਧਿਕਾਰਾਂ ਦੀ ਗੱਲ ਤਾਂ ਬੜੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਭਾਜੀ ਪੰਜਾਬ ਦੇ ਜਿਹੜੇ ਹੈਗੇ ਆ ਅੱਜ ਜਿਹੜੀ ਜਿਹੜੀ ਪੰਜਾਬ ਦੇ ਹੱਕਾਂ ਦੇ ਵਿੱਚ ਲੋਕ ਬੀਤੇ ਸਮਿਆਂ ਤੋਂ ਜਿਹੜੇ ਚੱਲਦੇ ਆਏ ਆ ਉਹਨਾਂ ਨੇ ਵੀ ਪੰਜਾਬ ਦੇ ਵਾਅਦੇ ਅਧਿਕਾਰਾਂ ਦੀ ਤਾਂ ਗੱਲ ਕੀਤੀ ਆ ਤੇ ਅੱਜ ਦੇਖੋ ਇਹਦਾ ਵੀ ਕਾਰਨ ਹੈਗਾ ਏ ਹੂੰ ਕਿਤੇ ਨਾ ਕਿਤੇ ਸਾਡੀ ਜਿਹੜੀ ਮੁੱਢਲੀ ਲੀਡਰਸ਼ਿਪ ਹੈ ਹੂੰ ਉਹ ਇਹਨਾਂ ਦੇ ਅੰਡਰ ਆ ਕੇ ਵਿਕੀ ਏ ਹੂੰ ਜਿਹੜਾ ਨਹੀਂ ਵਿਕਦਾ ਉਹਨੂੰ ਇਹ ਮਾਰ ਦਿੰਨੇ ਸੰਤ ਜਰਨੈਲ ਸਿੰਘ ਪਿੰਡਰਾ ਖਾਲਸਾ ਵਾਲੇ ਸੀ ਹੂੰ ਉਹਨਾਂ ਨੇ ਮਤਾ ਪਾਇਆ ਸੀ ਹੂੰ ਅਗਰ ਉੱਥੇ ਸਾਡੀ ਇਹ ਲੀਡਰਸ਼ਿਪ ਛੋਟੀ ਨਾ ਵਿਕਦੀ ਤਾਂ ਕਿ ਅੱਜ ਪੰਜਾਬ ਦਾ ਨੁਕਸਾਨ ਹੋ ਜਾਂਦਾ ਕਿਹੜੇ ਮਤੇ ਦੀ ਗੱਲ ਕਰਦੇ ਹੋ ਜਦੋਂ ਅਨੰਦਪੁਰ ਸਾਹਿਬ ਦਾ ਮਤਾ ਪਾਇਆ ਸੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਅੱਜ ਵੀ ਇਬਾਦਤ ਘਰਾਂ ਦੀ ਗੱਲ ਸੀ ਬਿਲਕੁਲ ਹੂੰ ਕਿਉਂਕਿ ਪੰਜਾਬ ਵੱਧ ਅਧਿਕਾਰ ਲੈ ਕੇ ਹੀ ਇਹਨਾਂ ਦੇ ਨਾਲ ਆਇਆ ਸੀ 47 ਵੇਲੇ ਹੂੰ ਜਦੋਂ 47 ਦੇ ਵਿੱਚ ਦੇਸ਼ ਆਜ਼ਾਦ ਹੋਇਆ ਪੰਜਾਬ ਆਜ਼ਾਦ ਨਹੀਂ ਹੋਇਆ ਪੰਜਾਬ ਤਾਂ ਦੁਫਾੜ ਹੋਇਆ ਉਸ ਟਾਈਮ ਹੂੰ ਪੰਜਾਬ ਉਸ ਟਾਈਮ ਇਹਨਾਂ ਨਾਲ ਸ਼ਰਤ ਰੱਖ ਕੇ ਆਇਆ ਸੀ ਨਹਿਰੂ ਦੇ ਨਾਲ ਵੀ ਸਾਨੂੰ ਵੱਧ ਅਧਿਕਾਰ ਮਿਲਣਗੇ ਹੂੰ ਪਰ ਮਿਲਿਆ ਕੀ ਸਾਨੂੰ ਹੂੰ ਜੜਾਈ ਪੇਸ਼ਾ ਕੌਮ ਅੱਤਵਾਦੀ ਖਾੜ ਕੋ ਕਹਿ ਕੇ ਸਾਡੀਆਂ ਪੀੜ੍ਹੀਆਂ ਖਤਮ ਕੀਤੀਆਂ ਇਹਨਾਂ ਨੇ ਸੰਤਾਂ ਨੇ ਉਹੀ ਮਤਾ ਲਿਆਂਦਾ ਸੀ ਕਿ ਸਾਨੂੰ ਵਾਧੇ ਅਧਿਕਾਰ ਦੋ ਸਾਡਾ ਖੇਤੀ ਅਧਿਕਾਰ ਵਧਾ ਪਾਣੀ ਸਾਡਾ ਏ ਜਦੋਂ ਹਰੇਕ ਚੀਜ਼ ਜਿਵੇਂ ਕੋਆਟੀ ਤੋਂ ਕੋਲਾ ਨਿਕਲਦਾ ਮੰਨ ਲਓ ਚਲੋ ਮੈਂ ਉਧਰੋਂ ਗਲਤ ਪਾਸੇ ਨੂੰ ਚੱਲੇ ਆ ਗੱਲ ਉਹਨਾਂ ਦਾ ਅਧਿਕਾਰ ਹੈ ਤੇ ਸਾਡਾ ਪਾਣੀ ਹੈ ਸਾਡੀ ਬਿਜਲੀ ਹੈ ਸਾਨੂੰ ਕਿਉਂ ਨਹੀਂ ਮਿਲਦੀ ਬਈ ਕਿਉਂਕਿ ਗੁਲਾਮਾਂ ਨੂੰ ਕਦੇ ਇਨਸਾਫ਼ ਨਹੀਂ ਮਿਲਿਆ ਗੁਲਾਮਾਂ ਤੋਂ ਚੀਜ਼ ਖੋਈ ਜਾਂਦੀ ਹੈ ਗੁਲਾਮ ਨੂੰ ਇੱਕ ਟੁਕੜਾ ਦਿੱਤਾ ਜਾਂਦਾ ਕਿ ਤੂੰ ਇਸੇ ਕੁਲੇ ਗੁਜ਼ਾਰਾ ਕਰਨਾ ਪੰਜਾਬ ਦੀ ਅੱਜ ਉਹ ਹਾਲਤ ਹੈ ਸੰਤਾਂ ਵਾਲਾ ਮਾਤਾ ਸਾਨੂੰ ਅੱਜ ਲਈ ਆਈਏ ਚਾਹੇ ਚਾਹੇ ਅਸੀਂ ਦੋ ਪੀੜੀਆਂ ਹੋਰ ਆਪਣੀਆਂ ਖਤਮ ਕਰਵਾ ਕੇ ਲਈਏ ਉਹ ਲਿਆਉਣਾ ਪੈਣਾ ਤਾਂ ਜਾ ਕੇ ਪੰਜਾਬ ਦਾ ਭਲਾ ਹੋਣਾ ਪਰ ਤੁਸੀਂ ਸਰਕਾਰ ਦੇ ਉੱਤੇ ਹੁਣ ਕਰਦੇ ਹੋ ਮੌਜੂਦਾ ਸਰਕਾਰ ਦੀ ਗੱਲ ਕਰਦੇ ਹੋ ਬਹੁਮਤ ਦੇ ਨਾਲ ਸਰਕਾਰ ਜਿੱਤੀ ਹੈ ਸਰਕਾਰ ਤਾਂ ਜਿਹੜੀ ਹੈਗੀ ਹੈ ਬਹੁਮਤ ਦੇ ਨਾਲ ਸਰਕਾਰ ਬਣਦੀ ਹੈ ਤੇ ਬਹੁਤ ਉਹ ਜਿਹੜੀ ਗੱਲਾਂ ਸਰਕਾਰ ਕਰ ਰਹੀ ਹੈ ਕਿ ਇਸ ਤੇ ਲੋਕਾਂ ਦੇ ਭਲੇ ਲਈ ਬਹੁਤ ਕੁਝ ਕਰ ਰਹੇ ਆਂ ਹਰ ਕੁਝ ਸਮੇਂ ਬਾਅਦ ਜਿਹੜੇ ਹੈਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰੀ ਇੱਕ ਵੀਡੀਓ ਜਾਰੀ ਕਰਦੇ ਆ ਵੱਡੇ ਇਤਿਹਾਸਿਕ ਲਾਂਦੀਆਂ ਗੱਲਾਂ ਹੁੰਦੀ ਅਸੀਂ ਭੇਜ ਦਾਂਗੇ ਜੀ ਦਿੱਲੀ ਨੂੰ ਜਿਹੜੀ ਹੈਗੀਆਂ ਰੋਡਵੇਸ ਚੱਲਣਗੀਆਂ 에어ਪੋਰਟ ਤੱਕ ਚੱਲਣਗੀਆਂ ਜਿਹਾ ਇਹਨਾਂ ਅਕਸਰ ਉਹ ਕਰਦੇ ਹੀ ਰਹਿੰਦੇ ਆ ਭਗਵਾਨ ਸਿੰਘ ਮਾਨ ਹੋਰੀ ਤਾਂ ਹੁਣ ਪਿੱਛੇ ਐਕਸਾਈਜ਼ ਜਿਹੜੀ ਡਿਊਟੀ ਦਾ ਉਹਦੇ ਵੀ ਨਵੇਂ ਜਿਹੜੇ ਨਿਯਮ ਲੈ ਕੇ ਆਂਦੇ ਗਏ ਦੇਖੋ ਜਿਹੜਾ ਕੰਮ ਵਧੀਆ ਹੈ ਅਸੀਂ ਉਹਦੀ ਸਲਾੰਗਾ ਕਰਾਂਗੇ ਹੂੰ ਮੈਂ ਪਹਿਲਾਂ ਵੀ ਕਿਹਾ ਵੀ ਜਿਹੜਾ ਸੀਓ ਪੰਜਾਬ ਦਾ ਬਣਿਆ ਚਾਹ ਪ੍ਰਕਾਸ਼ ਸਿੰਘ ਬਾਦਲ ਹੋਵੇ ਕੈਪਟਨ ਹੋਵੇ ਜਿੰਨੇ ਵੀ ਪੁਰਾਣੇ ਬਣੇ ਆ ਜਦੋਂ ਬਣਦੇ ਆ ਪੰਜਾਬ ਦੀ ਹੱਕ ਦੀਆਂ ਗੱਲਾਂ ਰੱਖ ਕੇ ਲੋਕਾਂ ਨੂੰ ਜਜ਼ਵਾਤੀ ਕਰਕੇ ਬਣਦੇ ਇੱਕ ਵਾਰ ਦਿੱਲੀ ਜਾਂਦੇ ਆ ਉੱਥੇ ਖਾਕੀ ਨਿੱਕਰ ਪਾ ਕੇ ਬਾਤ ਸੌਣੇ ਮੁ ਅਕਸਰ ਡਿਊਟੀ ਘਟਾਤੀ ਹਮ ਯਾਰ ਘਟਾਉਣੀ ਤਾਂ ਇਹਨਾਂ ਨੂੰ ਚਾਹੀਦੀ ਦੀ ਐਜੂਕੇਸ਼ਨ ਹਮ ਘਟਾਉਣਾ ਤਾਂ ਚਾਹੀਦਾ ਤਾਂ ਇਹਨਾਂ ਨੂੰ ਮੈਡੀਕਲ ਆਪਣਾ ਹੋਰ ਸਮਾਨ ਘਟਾਤੀ ਸ਼ਰਾਬ ਕਿਹ ਲੋਕ ਪੀ ਪੀ ਕੇ ਹੋਰ ਮਰਨ ਹਮ ਇਹ ਇਨਾਂ ਤੇ ਵਿਧਾਇਕਤਾ ਵੀ ਕਹਿੰਦੇ ਫਿਰ ਰਹੇ ਆ ਨਾ ਵਿਧਾਇਕ ਸਾਹਿਬ ਦੀ ਪਿੱਛੇ ਜੇ ਗੁਰਦੀਪ ਸੇਖੋ ਜਿਹੜੇ ਹੈਗੇ ਉਹਨਾਂ ਦੀ ਵੀਡੀਓ ਆਂਦੀ ਆ ਕਿ ਉਹ ਜਾ ਕੇ ਠੇਕੇ ਦੇ ਉੱਤੇ ਸਮਝਾਉਂਦੇ ਆ ਲੋਕਾਂ ਨੂੰ ਜੀ ਜਾ ਕੇ ਕਿ ਤੁਸੀਂ ਜ਼ਿਆਦਾ ਨਹੀਂ ਪੀਣੀ ਇਹਦਾ ਮਤਲਬ ਇਹ ਨਹੀਂ ਜੇ ਹੁਣ ਸਸਤੀ ਹੋ ਗਈ ਕਿ ਪਉਏ ਤੇ ਆਦੀਏ ਤੇ ਆ ਜਾਓ ਨਾਲ ਆਂਡਿਆਂ ਦੀ ਭੁਰਜੀ ਵੀ ਖਾਓ ਜਿਹੀਆਂ ਗੱਲਾਂ ਉਹਨਾਂ ਨੇ ਕੀਤੀ ਆਪਣੇ ਬੱਚਿਆਂ ਲਈ ਫਰੂਟ ਲੈ ਕੇ ਜਾਓ ਇਹੀ ਤਾਂ ਹਾਸੋ ਹੀਣੀਆਂ ਦੀਆਂ ਗੱਲਾਂ ਯਾਰ ਇਹਨਾਂ ਦੀਆਂ ਇਹੀ ਐਜੂਕੇਸ਼ਨ ਘਟਾਉਂਦੇ ਜਿਹਨੂੰ ਜਿਨ੍ਹਾਂ ਪੀਣੀ ਐ ਚਾਹ ਉਹਨੂੰ 500 ਦੀ ਬੋਤਲ ਹੋਵੇ ਉਹਨੇ ਪੀਣੀ ਐ ਰੋਕ ਨਹੀਂ ਸਕਦੇ ਆਪਾਂ ਨੂੰ ਠੀਕ ਹੈ ਜੀ ਪੀਣੀ ਐ ਨਾ ਵਧਾ ਦਿਓ 100 ਰੁਪਏ ਹੋਰ ਵਧਾ ਦਿਓ ਜੇ ਤੁਹਾਡੀ ਪੰਜਾਬ ਸਰਕਾਰ ਘਾਟੇ ਜਾਂਦੀ ਹੈ ਬੋਤਲ ਪਰ ਟੈਕਸ ਹੋਰ ਲਾ ਦਿਓ ਪਰ ਐਜੂਕੇਸ਼ਨ ਸਾਡੇ ਬੱਚਿਆਂ ਨੇ ਪੜ੍ਹਨਾ ਮੈਡੀਕਲ ਜਿੱਥੇ ਸਾਡੇ ਮਰੀਜ਼ ਜ਼ਮੀਨਾਂ ਵਿਕ ਜਾਂਦੀਆਂ ਲੋਕਾਂ ਦੀਆਂ ਇਲਾਜ ਕਰਾਉਣ ਵਾਸਤੇ ਇੱਕ ਪ੍ਰਾਈਵੇਟ ਹਸਪਤਾਲ ਚ ਅੱਜ ਤੱਕ ਇੱਕ ਗੱਲ ਹੋਰ ਚਲੋ ਕੋਈ ਇਹੋ ਜਿਹਾ ਹਸਪੀਟਲ ਹੈਗਾ ਜਿੱਥੇ ਸਾਡਾ ਐਮ ਐਲਏ ਇਲਾਜ ਕਰਾ ਸਕੇ ਪੰਜਾਬ ਦੇ ਵਿੱਚ ਇੱਕ ਹਸਪੀਟਲ ਦਾ ਨਾਮ ਲੈ ਦਿਓ ਜਿੱਥੇ ਸਾਡੇ ਪੰਜਾਬ ਦਾ ਐਮ ਐਲਏ ਐਮ ਐਲਏ ਛੱਡੋ ਯਾਰ ਐਮ ਐਲਏ ਕਿੱਥੇ ਇਲਾਜ ਕਰਾਉਂਦੀ ਜੀ ਫਿਰ ਇਸ ਸਾਰੀ 40s ਵਗੈਰਾ ਮੁਹਾਲੀ ਨੂੰ ਭਾਦਦਾ ਕੋਈ ਐਮਐਕਸ ਜਿਹਾ ਬੈਠਾ ਕੋਈ ਹੈ ਸਰਕਾਰੀ ਹਸਪਤਾਲ ਆਪਣੇ ਰੋਪੜ ਚ ਲਾ ਲੋ ਇੱਕ ਹਸਪਤਾਲ ਦਿਖਾ ਦਿਓ ਮੰਜਾ ਨਹੀਂ ਮਿਲਦਾ ਉੱਥੇ ਜੇ ਮੰਜਾ ਹੈਗਾ ਤਾਂ ਪੱਖਾ ਨਹੀਂ ਹੈਗਾ ਕੋਈ ਸੁਵਿਧਾ ਨਹੀਂ ਹੈਗੀ ਇੱਕ ਹਸਪਤਾਲ ਇਹ ਦਿਖਾ ਦਿਓ ਵੀ ਜਿੱਥੇ ਚੇਅਰਮੈਨ ਹੋ ਯਾਰ ਐਮਐਲਏ ਤਾਂ ਬੜਾ ਹੋ ਗਿਆ ਨਾ ਚੇਅਰਮੈਨ ਆਪਣਾ ਇਲਾਜ ਕਰਾਉਂਦਾ ਹੋਵੇ ਸਰਕਾਰੀ ਹਸਪਤਾਲ ਚ ਦੱਸੋ ਪਰ ਪ੍ਰਾਈਵੇਟਾਂ ਚ ਕਰ ਰਹੇ ਲੁੱਟਾ ਖੋਹਾਂ ਹੋ ਰਹੀਆਂ ਡਾਕੂ ਬੈਠੇ ਉੱਥੇ ਲੈਂਚ ਕੈਂਚੀਆਂ ਚਮਚੇ ਲੁੱਟਣੇ ਲੋਕਾਂ ਨੂੰ ਯਾਰ ਖੂਨ ਪੀ ਰਹੇ ਇਹ ਕਹਿ ਰਹੇ ਅਸੀਂ ਐਕਸਾਈਜ਼ ਡਿਊਟੀ ਘਟਾਤੀ ਘਟਾਉਣੀ ਤਾਂ ਚਾਹੀਦੀ ਸੀ ਇਹਨਾਂ ਨੂੰ ਚਾਹੀਦਾ ਸੀ ਪ੍ਰਾਈਵੇਟ ਹਸਪਤਾਲ ਚ ਆਪਣਾ ਇਲਾਜ ਕਰਾਓ ਤੁਹਾਡਾ ਇੰਨਾ ਹੀ ਕੁ ਵੇਲਾ ਆਊਗਾ ਬਾਕੀ ਸਰਕਾਰ ਦੇਊਗੀ ਹੋਰ ਟੈਕਸ ਲਾ ਦਿੰਦੇ ਹੋਰ ਪਾਸੇ ਤੇ ਆਪਣੀ ਆਪਣਾ ਖਜ਼ਾਨਾ ਭਰ ਦੇ ਇਹ ਚੀਜ਼ ਚੀਜ਼ਾਂ ਦੋ ਐ ਜੋ ਸਾਡੇ ਪੰਜਾਬ ਨੂੰ ਬਚਾ ਸਕਦੀਆਂ ਸੀ ਤੁਸੀਂ ਹੁਣ ਦੀ ਸਰਕਾਰਾਂ ਦੇ ਉੱਤੇ ਤਾਂ ਤੰਜ ਕੱਸ ਰਹੇ ਹੋ ਸਰਕਾਰਾਂ ਵੀ ਪਿਛਲੇ ਲੰਬੇ ਸਮੇਂ ਤੋਂ ਬਣਦੀਆਂ ਆ ਰਹੀਆਂ ਮੰਗਾਂ ਵੀ ਉਹੀ ਪਿਛਲੇ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਇਹ ਤੁਸੀਂ ਕਹਿੰਦੇ ਆ ਪੰਜਾਬ ਦੇ ਵਾਧੇ ਅਧਿਕਾਰਾਂ ਦੀਆਂ ਇਹ ਮੰਗਾਂ ਹੈਗੀ ਉਹ ਵੀ ਉਦੋਂ ਦੀ ਚੱਲੀ ਆ ਰਹੀਆਂ ਫਿਰ ਇਹ ਸਰਕਾਰ ਦੇ ਉੱਤੇ ਤਾਂ ਅੱਜ ਉਂਗਲੀ ਉੱਠ ਰਹੀ ਹੈ ਕਿਉਂਕਿ ਸਰਕਾਰ ਸੱਤਾ ਚ ਪੁਰਾਣੀਆਂ ਸਰਕਾਰਾਂ ਨੂੰ ਕਿੱਦਾਂ ਦੇਖਦੇ ਹੋ ਅਸੀਂ ਕਿਸੇ ਸਰਕਾਰ ਨੂੰ ਮਾਫ਼ ਨਹੀਂ ਕੀਤਾ ਚਾਹ ਪ੍ਰਕਾਸ਼ ਸਿੰਘ ਬਾਦਲ ਹੋਵੇ ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤ ਫਿਰਦਾ ਲੇਲੜੀਆਂ ਕੱਢਦਾ ਲੋਕਾਂ ਕੋਲ ਅੱਜ ਨੂੰ ਬੰਦੀ ਸਿੰਘ ਵੀ ਯਾਦ ਆਉਂਦੇ ਆ ਆਉਂਦੇ ਕਿ ਨਹੀਂ ਯਾਦ ਆਉਂਦੇ ਜਦੋਂ ਲੋਕਾਂ ਨੇ ਖੁੰਝੇ ਲਾਤਾ ਉਹ ਅੱਜ ਬੰਦੀ ਸਿੰਘਾਂ ਦੀ ਗੱਲ ਕਰਦਾ ਉਹਨਾਂ ਨੇ ਤਾਂ ਫਿਰ ਭੈਣ ਜੀ ਰਾਜੋ ਆਣਾ ਹੋਰਾਂ ਦੇ ਜਿਹੜੇ ਹੈਗੇ ਆ ਉਹਨਾਂ ਦੇ ਭੈਣ ਜੀ ਆਇਆ ਹੈ ਨਾ ਉਹਨਾਂ ਨਾਲ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਰਿਹਾ ਉਹ ਤਾਂ ਤੇ ਮੈਂ ਰਾਜੋਵਾਨ ਸਾਹਿਬ ਨੂੰ ਇਹ ਸਵਾਲ ਕਰਦਾ ਪਹਿਲਾਂ ਉਹਨਾਂ ਨੇ ਅੱਜ ਬਾਦਲਾਂ ਦੇ ਕਹੇ ਤੇ ਆਪਣੀ ਭੈਣ ਖੜਾਤੀ ਜਿਹੜਾ ਰਾਜੋਵਾਨ ਸਾਹਿਬ ਦੀ ਫਾਂਸੀ ਨੂੰ ਰਕਵਾਉਣ ਵਾਸਤੇ ਸ਼ਹੀਦ ਹੋਇਆ ਭਾਈ ਜਸਪਾਲ ਸਿੰਘ ਉਹ ਉਹ ਕਿਸ ਦਾ ਪੁੱਤ ਨਹੀਂ ਸੀ ਉਹ ਕਿਸੇ ਦੇ ਮਾਂ ਦਾ ਕਿਸੇ ਭੈਣ ਦਾ ਭਾਈ ਨਹੀਂ ਸੀ ਇਹ ਰਾਜੋਵਾਨ ਦਾ ਮੈਂ ਤਾਂ ਯਾਰ ਆ ਪਤਨ ਜੇਲ੍ਹ ਚ ਰਹਿ ਕੇ ਉਹਨਾਂ ਦਾ ਦਿਮਾਗ ਕਿੱਦੋਂ ਚਲੇ ਗਿਆ ਮੈਂ ਤਾਂ ਇਹ ਗੱਲ ਤੋਂ ਹੈਰਾਨ ਐ ਸਪੋਰਟ ਵੀ ਕਿਹਦੀ ਲਈ ਜਿਨ੍ਹਾਂ ਨੇ ਜਿਨ੍ਹਾਂ ਦੇ ਰਾਜ ਦੇ ਵਿੱਚ ਕਤਲ ਹੋਇਆ ਬਰਗਾੜੀ ਕਾਂਡ ਹੋਇਆ ਵੇ ਗੁਰੂ ਗ੍ਰੰਥ ਸਾਹਿਬ ਦਾ ਅੱਜ ਤੱਕ ਨਹੀਂ ਪਤਾ ਲੱਗਿਆ ਪਰ ਕੁਰਬਾਨੀਆਂ ਜਿਹੜੀ ਕੌਮ ਦੇ ਹਿੱਤ ਤੋਂ ਦੇਖਦੇ ਕੌਮ ਤਾਂ ਕਹਿੰਦੀ ਕਿ ਇਹ ਕੁਰਬਾਨੀਆਂ ਉਹਨਾਂ ਦੀ ਵੱਡੀਆਂ ਆ ਅਸੀਂ ਤਾਂ ਦੇਖੋ ਉਹਦਾ ਸਤਕਾਰ ਕਰਦੇ ਹਾਂ ਰਾਜੋਵਾਨ ਸਾਹਿਬ ਨੇ ਜਿਸ ਦਿਨ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਹਰੇਕ ਘਰ ਤੇ ਝੰਡਾ ਆਉਣਾ ਚਾਹੀਦਾ ਕੋਈ ਮੈਨੂੰ ਇਹਦੇ ਘਰ ਨਹੀਂ ਦੇਖਿਆ ਵਿੱਚ ਇੱਥੇ ਝੰਡਾ ਨਾ ਲੱਗਿਆ ਹੋਵੇ ਕੇਸਰੀ ਨਿਸਾਨ ਸਾਹਿਬ ਕੱਲੇ-ਕੱਲੇ ਘਰ ਤੇ ਝੂਲਦਾ ਸੀ ਔਰ ਉਸੇ ਦਿਨ ਸਾਡਾ ਨੌਜਵਾਨ ਇਸ ਦੁਨੀਆ ਤੋਂ ਵਿਦਾ ਹੋਇਆ ਜਸਪਾਲ ਸਿੰਘ ਗੋਲੀ ਬੱਜੀ ਮੇਰੇ ਖਿਆਲ ਚ ਬਾਦਨਾ ਦੀ ਸਰਕਾਰ ਹੋਣੀ ਉਸ ਟਾਈਮ ਪਰ ਮੈਂ ਤਾਂ ਇਹੀ ਗੱਲ ਤੇ ਹੈਰਾਨ ਐ ਸਪੋਰਟ ਕਰਨੀ ਸੀ ਮਾਨ ਸਾਹਿਬ ਦੀ ਕਰ ਦੇ ਉਹਨੂੰ ਮਾਨ ਸਾਹਿਬ ਨੂੰ ਕਹਿੰਦੇ ਵੀ ਮੇਰੀ ਭੈਣ ਨੂੰ ਖੜਾਓ ਜੇ ਉਹਨਾਂ ਨੂੰ ਐਮਪੀ ਹੀ ਬਣਾਉਣਾ ਸੀ ਜੇ ਸਰਕਵੀਰ ਬਾਦਲ ਉਹਨਾਂ ਕੋਲ ਗਿਆ ਵੀ ਮੈਂ ਤੁਹਾਡੀ ਭੈਣ ਨੂੰ ਖੜਾਉਣਾ ਉਹਨੂੰ ਪੁੱਛਦੇ ਵੀ ਤੁਸੀਂ ਤਿੰਨ ਵਾਰ ਐਮਪੀ ਨਹੀਂ ਤੁਹਾਡੀ ਘਰ ਵਾਲੀ ਮੰਤਰੀ ਰਹੀ ਐ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਕੀਤੀ ਬਈ ਜਦੋਂ ਮੰਤਰੀ ਰਹੀ ਹੋਵੇ ਉਹ ਉਦੋਂ ਗੱਲ ਨਹੀਂ ਕਰ ਸਕੀ ਇੱਕ ਐਮਪੀ ਜਾ ਕੇ ਕੀ ਗੱਲ ਕਰੂਗੀ ਬਈ ਇਹ ਤਾਂ ਧਰਤੀ ਤੇ ਆਪਣਾ ਪੈਰ ਘਟਾਉਣ ਫਿਰਦਾ ਸੁਖਵੀਰ ਬਾਦਲ ਪਰ ਸਾਡੇ ਲੋਕਾਂ ਨੇ ਇਸ ਤਰ੍ਹਾਂ ਨਹੀਂ ਖੜਨ ਦੇਣੇ ਜੋ ਸੰਤ ਮੂਲ ਕਹਿਗੇ ਨਾ ਵੀ ਜਿਨ੍ਹਾਂ ਨੇ ਗਦਾਰੀ ਕੀਤੀ ਹੈ 84 ਦੇ ਵਿੱਚ ਉਹਨਾਂ ਦਾ ਬੀਜ ਨਾ ਹੋਣਾ ਹੈ ਅੱਜ ਹੋ ਜਵੇ ਕਾਹੇ ਕਾਲੂ ਹੋ ਜਵੇ ਇਹ ਅਟੱਲ ਹੈ ਤਾਂ ਜਿਹੜੀ ਕਿਸਾਨ ਜਥੇਬੰਦੀਆਂ ਹੈਗੀਆਂ ਉਹ ਤਾਂ ਧਰਨੇ ਜਿਹੜੇ ਹੈਗੇ ਆ ਵੱਡੇ ਧਰਨੇ ਲੱਗੇ ਦਿੱਲੀ ਦੇ ਵਿੱਚ ਪਰ ਅੱਜ ਕਿਸਾਨ ਜਥੇਬੰਦੀਆਂ ਸਾਰੀਆਂ ਫਿਰ ਜਿਹੜੀਆਂ ਹੈਗੀਆਂ ਸਟੂਡੈਂਟਸ ਦੇ ਨਾਲ ਕਿਉਂਕਿ ਪੰਜਾਬ ਯੂਨੀਵਰਸਿਟੀ ਖੋਈ ਜਾ ਰਹੀ ਹੈ ਸਟੂਡੈਂਟ ਪ੍ਰੋਟੈਸਟ ਕਰ ਰਹੇ ਕਿ ਤੁਸੀਂ ਸਿਰਫ ਆਪਣੇ ਵੱਲੋਂ ਹੀ ਲੱਗੇ ਹੋਏ ਹੋ। ਦੇਖੋ ਅਸੀਂ ਪਹਿਲਾਂ ਸਿੱਖ ਜਥੇਬੰਦੀ ਬਾਤ ਚ ਪਹਿਲਾ ਅਸੀਂ ਸਿੱਖ ਹਾਂ ਅਸੀਂ ਪੰਜਾਬੀ ਹਾਂ ਜੋ ਸਾਡਾ ਪੰਜਾਬ ਦਾ ਪਾਣੀ ਖਤਮ ਹੋ ਗਿਆ ਸਾਡੇ ਪੰਜਾਬ ਦੇ ਯੂਨੀਵਰਸਿਟੀਆਂ ਖੋਹ ਗਏ ਆ ਅਸੀਂ ਕਿਹਾ ਯਾਰ ਕਿਸਾਨੀ ਕਰਨੀ ਹੈ ਬਾਕੀ ਯੂਨੀਵਰਸਿਟੀ ਜਿਹੜੀਆਂ ਜਥੇਬੰਦੀਆਂ ਹੈਗੀਆਂ ਫਿਰ ਉਹਨਾਂ ਚ ਨਹੀਂ ਸਿੱਖੀ ਦਾ ਜਿਹੜਾ ਹੈਗਾ ਦਰਦ ਹੈਗਾ ਜਿਹੜਾ ਜਿਹੜਾ ਤੁਸੀਂ ਲਈ ਫਿਰਦੇ ਹੋ ਦੇਖੋ ਮੈਂ ਉਹਨਾਂ ਪਰ ਹੁਣ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਹਰੇਕ ਦਾ ਆਪੋ ਆਪਣਾ ਰਵਈਆ ਹੁੰਦਾ ਏ ਹਰੇਕ ਦਾ ਹੁਣ ਕਈ ਤਾਂ ਫਤੇ ਵੀ ਨਹੀਂ ਬੁਲਾਉਂਦੇ ਯਾਰ ਪੰਜਾਬ ਦੇ ਵਿੱਚ ਰਹਿੰਦੇ ਆ ਉਹ ਫਤੇ ਤੋਂ ਵੀ ਅਲਰਜੀ ਹੈ ਕਈਆਂ ਨੂੰ ਹੈਗੀ ਆ ਕਹਿੰਦਾ ਤੁਸੀਂ ਤਾਂ ਵੱਧ ਜਾਣਦੇ ਹੁਣ ਮੇਰੇ ਮੂੰਹ ਚੋ ਕਾ ਨੂੰ ਇੱਕ ਲਾਉਣੇ ਕਈ ਤਾਂ ਫੱਤੇ ਨਹੀਂ ਬੁਲਾਉਂਦੇ ਯਾਰ ਕਹਿੰਦੇ ਹੋਰ ਗੱਲ ਕਰੋ ਅਸੀਂ ਸਿੱਖਾਂ ਨਿਸ਼ਾਨ ਸਾਹਿਬ ਲਾ ਕੇ ਦਿੱਲੀ ਨੂੰ ਗਏ ਸੀ ਨਿਸ਼ਾਨ ਸਾਹਿਬ ਲਾ ਕੇ ਦਿੱਲੀ ਤੋਂ ਆਏ ਆ ਇਹ ਹੁਣ ਜੇ ਯੂਨੀਵਰਸਿਟੀ ਦਾ ਮਸਲਾ ਬਣਦਾ ਫੇਰ ਉਹ ਸਿੱਖੀ ਰਵੈਤਾ ਨਾਲ ਫੇਰ ਫੇਰ ਚੱਲਿਆ ਜਾਊਗਾ ਬਿਲਕੁਲ ਚੱਲਿਆ ਜਾਊਗਾ ਜੀ ਉਹਨਾਂ ਨੌਜਵਾਨਾਂ ਨਾਲ ਮੀਟਿੰਗ ਕਰਾਂਗੇ ਅਸੀਂ ਆਪਣੀ ਜਥੇਬੰਦੀ ਵੱਲੋਂ ਮੀਟਿੰਗ ਕਰਾਂਗੇ ਉਹਨਾਂ ਦਾ ਵਿਚਾਰਾਂਗੇ ਵੀ ਕੀ ਕਰਨ ਅੱਗੇ ਤੋਂ ਸਾਨੂੰ ਇਹ ਥੋੜਾ ਜਿਹਾ ਅਸੀਂ ਮਾਫੀ ਵੀ ਮੰਗਦੇ ਉਹਨਾਂ ਨੌਜਵਾਨਾਂ ਤੋਂ ਸਾਨੂੰ ਪਤਾ ਨਹੀਂ ਲੱਗਿਆ ਅਸੀਂ ਥੋੜਾ ਜਿਹਾ ਆਪਣੇ ਇੱਕ ਦੋ ਆਪਣੇ ਘਰੇਲੂ ਕੰਮਾਂ ਚ ਉਲਝੇ ਹੋਏ ਸੀ ਜੋ ਪੰਜਾਬ ਸਰਕਾਰ ਆ ਲੋਕਾਂ ਦਾ ਜ਼ਮੀਨਾ ਖੋ ਰਹੀ ਹੈ ਉਸ ਉਸ ਮਸਲੇ 'ਚ ਅਸੀਂ ਉਲਝੇ ਹੋਏ ਸੀ ਤੇ ਬਾਅਦ 'ਚ ਪਤਾ ਲੱਗਿਆ ਨਹੀਂ ਅਸੀਂ ਜ਼ਰੂਰ ਜਾਂਦੇ ਉੱਥੇ ਟਰੈਕਟਰ ਟਰਾਲੀਆਂ ਲੈ ਕੇ ਤੇ ਫਿਰ ਸਰਕਾਰ ਨੂੰ ਵੀ ਦੱਸਦੇ ਵੀ ਹੁਣ ਕਰੋ ਲਾਠੀ ਚਾਰਜ ਆ ਕੇ ਟਰੈਕਟਰ ਸਰਕਾਰ ਨੂੰ ਫਿਰ ਹੁਣ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਸਾਡੀ ਇਹੀ ਬੇਨਤੀ ਹੈ ਕਿ ਪੰਜਾਬ ਦੇ ਹੱਕ ਦੀ ਗੱਲ ਕਰੋ ਹੂੰ ਇਹ ਜੋ ਖਾਕੀ ਨਿਕਰ ਮਾਨ ਸਾਹਿਬ ਨੇ ਪਾਈ ਉਹਨੂੰ ਖੋਲ ਕੇ ਦਿੱਲੀ ਰੱਖਿਆ ਉਹ ਕੇਜਰੀਵਾਲ ਕੋਲ ਕੇਜਰੀਵਾਲ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਕਿਉਂਕਿ ਜੇ ਕੇਜਰੀਵਾਲ ਨੂੰ ਵੋਟਾਂ ਪਾਈ ਹੁੰਦੀਆਂ ਮਾਨ ਸਾਹਿਬ ਤਾਂ ਪਿਛਲੀ ਵਾਰ ਤੁਸੀਂ ਸੀਆ ਬਣ ਜਾਂਦੇ ਆ ਕੋਈ ਖਬਰ ਹੋਰ ਬਣ ਜਾਂਦਾ ਤੇ ਇਹ ਵੋਟਾਂ ਮਾਨ ਸਾਹਿਬ ਨੂੰ ਪਈਆਂ ਮਾਨ ਸਾਹਿਬ ਦਾ ਚਿਹਰੇ ਨੂੰ ਵੋਟਾਂ ਪਈਆਂ ਮਾਨ ਸਾਹਿਬ ਨੂੰ ਲੋਕ ਉਹਦੇ ਚ ਕੁਝ ਦੇਖਣਾ ਚਾਹੁੰਦੇ ਆ ਕਿਉਂਕਿ ਉਹਨਾਂ ਚ ਪੰਜਾਬ ਦਾ ਦਰਦ ਸੀ ਕੁਲਫੀ ਗਰਮਾ-ਗਰਮ ਹਵਾ ਚ ਨਾ ਦਿਖਾਓ ਕਰਕੇ ਦਿਖਾਓ ਅੱਜ ਕੁਝ ਨਾ ਕੁਝ ਕੁਲਫੀ ਗਰਮਾ ਹੁਣ ਵੀ ਹਜਾਂ ਗਰਮ ਨਹੀਂ ਦਿਖ ਰਹੀ ਅਜਾ ਜੋ ਕਹਿੰਦੇ ਸੀ ਨਾ ਦਿਖ ਨਹੀਂ ਰਿਹਾ ਚਲੋ ਅਸੀਂ ਇਹ ਵੀ ਕਹਿੰਨੇ ਕਿ ਟਾਈਮ ਥੋੜਾ ਹੈ ਨਾ ਕੋ ਟਾਈਮ ਮਿਲਣਾ ਚਾਹੀਦਾ ਪਰ ਆ ਲਾਠੀ ਚਾਰਜ ਕਰਕੇ ਕਿਹੜਾ ਟਾਈਮ ਦੋ ਹੋਣਾ ਚਾਹੁੰਦੇ ਲੋਕਾਂ ਨੂੰ ਯਾਰ ਬੈਠ ਕੇ ਗੱਲ ਹੋ ਸਕਦੀ ਸੀ ਉੱਥੇ ਆਪਣਾ ਐਮ ਐਲ ਏ ਭੇਜਦੇ ਕੋਈ ਮੰਤਰੀ ਭੇਜਦੇ ਵੀ ਅਸੀਂ ਤੁਹਾਡੇ ਨਾਲ ਬੈਠੇ ਧਰਨੇ ਤੇ ਯੂਨੀਵਰਸਿਟੀ ਨਹੀਂ ਜਾਊਗੀ ਠੀਕ ਹੈ ਨਹੀਂ ਬੱਚੇ ਤਾਂ ਇਹ ਵੀ ਰੋਸ ਜਿਤਾ ਰਹੇ ਆ ਕਿ ਅਜੇ ਤੱਕ ਤਾਂ ਮੁੱਖ ਮੰਤਰੀ ਸਾਹਿਬ ਤਾਂ ਗੱਲ ਗੱਲ ਤੇ ਬਿਆਨ ਦੇ ਦਿੰਦੇ ਕਹਿੰਦੇ ਸਾਡਾ ਤਾਂ ਇਹ ਬਿਆਨ ਵੀ ਨਹੀਂ ਆਇਆ ਕੋਈ ਇਹੀ ਤਾਂ ਬਦਕਿਸਮਤੀ ਹੈ ਨਾ ਮੈਂ ਬਾਰ ਬਾਰ ਕਹਿ ਰਿਹਾ ਆ ਆਰ ਐਸ ਐਸ ਨੇ ਐਸਾ ਇਹਨਾਂ ਦੇ ਗ ਜਿਹੜੀ ਪੰਜਾਬ ਚੋਂ ਚੀਜ਼ ਜਾਂਦੀ ਉਹਦੇ ਹੱਕ 'ਚ ਬਿਆਨ ਦੇ ਨਹੀਂ ਸਕਦੇ। ਜੇ ਸਰਕਾਰ ਹੁਣ ਵੀ ਨਹੀਂ ਕੁਝ ਕਰਦੀ ਤਾਂ ਤੁਹਾਡਾ ਅਗਲਾ ਪ੍ਰੋਗਰਾਮ ਕੀ ਰਹੂਗਾ? ਦੇਖੋ ਅਸੀਂ ਉਹਨਾਂ ਨਾਲ ਕਰਾਂਗੇ। ਗੱਲਬਾਤ ਕਰਾਂਗੇ। ਫੇ ਉਸ ਤੋਂ ਬਾਅਦ ਕੀ ਐਕਸ਼ਨ ਲੈਣੇ ਆਪਾਂ? ਆਪਾਂ ਦਾ ਇੱਕੋ ਹੈ ਚੰਡੀਗੜ੍ਹ ਦੇ ਰੋਡ ਬੰਦ ਕਰਾਂਗੇ। ਸਾਡੇ ਕੋਲ ਹੋਰ ਕੀ ਹੈ? ਡਾਂਗਾ ਮਾਰਨੀਆ ਮਾਰ ਲੈਣ। ਮਾਰਨਾ ਮਾਰ ਦੇਣ। ਕਿਤੇ ਸੇ ਬਹੁਤ ਹੈ ਜੀ ਉਹਨਾਂ ਨੇ ਬੱਚੇ ਪੱਖਾ ਜੀ ਚਾਹ ਉਹਨਾਂ ਦੀ ਮਰਜ਼ੀ ਹੈ। ਅਸੀਂ ਤਾਂ ਸਪਸ਼ਟ ਕਹਤੇ ਗੋਲੀ ਮਾਰ ਦਿਓ ਯਾਰ ਇੱਕ ਦਿਨ ਰੋਜ਼ ਰੋਜ਼ ਕੁੱਟਣ ਨਾਲੋਂ ਤੁਸੀਂ ਰਾਜ ਕੰਨਾ ਕਰੀ ਜਾਓ। ਅਸੀਂ ਜਾਵਾਂਗੇ ਸਾਡੇ ਟਰੈਕਟਰ ਵੀ ਜਾਣਗੇ ਗੇਟਾਂ ਪਰ ਖੜਨਗੇ ਠੀਕ ਹੈ ਨਹੀਂ ਚੰਡੀਗੜ੍ਹ ਚ ਬਣ ਦੰਦੇ ਨਾ ਬਣਦੇ ਨੇ ਯਾਰ ਚੰਡੀਗੜ੍ਹ ਖੋ ਤਾਂ ਲਈਓ ਸਾਤੋਂ ਇਹ ਤਾਂ ਗੱਲ ਕਲੀਅਰ ਹੋ ਗਈ ਨਾ ਪਰ ਯੂਨੀਵਰਸਿਟੀ ਨਹੀਂ ਅਸੀਂ ਜਾਣ ਦੰਦੇ ਹੁਣ ਭਾਵੇਂ ਸਾਲੀਆਂ ਲਾਸ਼ਾਂ ਦੇ ਢੇਰਾਂ ਲੱਗ ਜਮੇ ਕੋਈ ਗੱਲ ਨਹੀਂ ਮਾਨੇ ਨੂੰ ਬੈਠੇ ਐ ਸਾਨੂੰ ਸਾਡੀ ਕੌਮ ਐ ਮਰਨ ਵਾਸਤੇ ਜੰਮੀ ਠੀਕ ਹੈ 84 ਚ ਕਿੰਨੇ ਮਰੇ ਅਸੀਂ ਸਾਡੀਆਂ ਲਾਸ਼ਾਂ ਦੇ ਟਰੱਕ ਪਰ ਪਰ ਕੱਢੇ ਨੰਨੇ ਤਾਂ ਕਿ ਅਸੀਂ ਪਿੱਛੇ हट ਗਏ 90 92 ਚ ਕਿੰਨੇ ਮਰੇ ਤਾਂ ਕਿ ਅਸੀਂ ਪਿੱਛੇ हट ਗਏ ਜੋ ਕਰਨਾ ਹੈ ਕਰ ਲਵੇ ਪਰ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਰਹੂਗੀ ਇਹ ਮਾਨ ਸਾਹਿਬ ਨੂੰ ਚੇਤਾਵਨੀ ਵੀ ਹੈ ਮਾਨ ਸਾਹਿਬ ਇਸ ਤੇ ਧਿਆਨ ਦੇਣ ਸੋ ਬਿਲਕੁਲ ਯੂਨੀਵਰਸਿਟੀ ਦਾ ਜਿਹੜਾ ਮਸਲਾ ਹੈਗਾ ਸਮੇਂੋਂ ਪੂਰਾ ਗਰਮਾਇਆ ਹੋਇਆ ਪੱਕਿਆ ਹੋਇਆ ਜਿੱਥੇ ਸਟੂਡੈਂਟਸ ਜਿਹੜੇ ਹੈਗੇ ਨੇ ਆਪਣਾ ਰੋਸ ਪ੍ਰਗਟ ਕਰਦੇ ਨਜ਼ਰ ਆ ਰਹੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਤਾਂ ਉਸ ਦੇ ਨਾਲ ਬਹੁਤ ਸਾਰੇ ਉਹ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਲੋਕ ਜਿਹੜੇ ਹਰ ਉਸ ਪ੍ਰੋਗਰਾਮ ਦੇ ਵਿੱਚ ਬਾਚੜ ਕੇ ਹਿੱਸਾ ਲੈਂਦੇ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ ਜਦੋਂ ਲੋਕਾਂ ਦੇ ਹੱਕਾਂ ਦੀ ਗੱਲ ਆਉਂਦੀ ਹੈ ਉਹ ਲੋਕ ਵੀ ਬਿਲਕੁਲ ਤਿਆਰਬਾਰ ਤਿਆਰ ਨੇ ਪਰ ਦੇਖਣਾ ਹੋਏਗਾ ਕਿ ਸਰਕਾਰ ਇਸ ਦੇ ਉੱਤੇ ਕੀ ਕਦਮ ਚੱਕਦੀ ਹੈ ਉਹਨਾਂ ਨੌਜਵਾਨਾਂ ਦੀ ਸਟੂਡੈਂਟਸ ਦੀ ਆਵਾਜ਼ ਨੂੰ ਸੁਣਿਆ ਜਾਂਦਾ ਹੈ ਜਾਂ ਫਿਰ ਅਣਗੌ ਜੇਕਰ ਇਹ ਗੋਲੀਆਂ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਲੋਕ ਕੀ ਐਕਸ਼ਨ ਲੈਂਦੇ ਨੇ ਆਖਰ ਬਣੇਗਾ ਕੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ ਟ੍ਰੋਪਰ